apprehended groups of two parts in group, further their sister shall be with us Narani, totally ours. Mira Pitian, Sapsal, Teran, Pipa, Radamondale, Gurudev, Pavu with the body that Yap, Taki, your Papa, Tunde, Goda and Taki, your Sukra, Tunde, Unada, Father Sahib, Sahib, the Snan, the Gopal, the Snan, all the Taki, the Snan, the Gopal, ਇਸ ਦਾ ਸਮੇਸੀ ਹੈ ਪਦਾਰਥ ਦਾ ਨਾਮ ਵਾਲਿਆ ਇਸ ਕਰਕੇ ਇਹਦਾ ਨਾਮ ਦੱਸਣਾ ਜੋ ਬੋਲਦੀ ਹੈ ਇਸ ਕਰਕੇ ਇਹਨੂੰ ਜੀਭਾ ਕਹਿੰਦੇ ਸੋ ਬੋਲਣ ਕਰਕੇ ਤੇ ਰਸ ਲੈਣ ਕਰਕੇ ਦੋਵੇਂ ਚੀਜ਼ਾਂ ਇਹਨੇ ਕਰਨੀਆਂ ਹਨ ਰਸ ਲੈਣਾ ਇਹਨੇ ਨਾਮ ਦਾ ਬੋਲਣਾ ਹੈ ਇਹਨੇ ਵਾਹਿਗੁਰੂ ਦਾ ਨਾਮ ਦੋਵੇਂ ਹਨ ਇਸਨੇ ਗੁਰ ਗੋਪਾਲ ਦੇ ਗੋ ਧਰਤੀ ਪਾਲ ਪਾਲਣ ਵਾਲਾ ਨਿਤ ਖਜ਼ਾਨਾ ਗਾਇਣ ਦੋਵੇਂ ਸੋ ਇਹ ਰਸਨਾ ਵਾਹਿਗੁਰੂ ਦੇ ਗੁਣ ਨੇ ਜਿਹੜੇ ਉਹਨਾਂ ਨੂੰ ਜੋ ਖਜ਼ਾਨਾ ਹੈ ਸੱਚ ਦਾ ਜੋ ਗੁਣਾਂ ਦਾ ਖਜ਼ਾਨਾ ਹੈ ਸੁੱਖਾਂ ਦਾ ਸਮੁੰਦਰ ਹੈ ਉਹਨਾਂ ਨੂੰ ਗਾਉਂਦਾ ਹੈ ਸਤ ਪਨੀਤ ਪਈ ਗੁਣ ਗਾਇ ਸੋ ਇੱਕ ਨਿੱਕਾ ਜਿਹਾ ਸਰੀਰ ਹੈ ਇੱਕ ਦੇਹ ਹੈ ਦੇਹ ਦੀ ਤਾਂ ਮਹਾਰਾਜ ਕਹਿੰਦੇ ਗੱਲ ਨਹੀਂ ਛੱਡੋ ਧਰਤ ਪਨੀਤ ਪਈ ਗੁਣ ਗਾਇ ਸਾਰੀ ਹੀ ਧਰਤੀ ਹੈ ਜਿਹੜੀ ਜੇ ਗਾਉਣ ਲੱਗ ਗਿਆ ਸਾਰੇ ਲੋਕ ਹਨ ਜਿਹੜੇ ਸਾਰੀ ਧਰਤੀ ਪਵਿੱਤਰ ਹੋ ਜਾਂਦੀ ਇੱਕੋ ਮਨੁੱਖ ਜੇ ਗਾਉਣ ਲੱਗ ਜਾਵੇ ਇੱਕ ਮਨੁੱਖ ਹੈ ਜਿਹੜਾ ਜੀਵ ਸੱਚੇ ਧੰਦੇ ਨਾਲ ਸਾਰੀ ਧਰਤੀ ਨੂੰ ਪਵਿੱਤਰ ਕਰ ਸਕਦਾ ਜਿੰਨੇ ਮਹਾਂਪੁਰਖਾਂ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ ਜਿੱਥੇ ਜਿੱਥੇ ਜਾਂਦੇ ਹਾਂ ਆਪਾਂ ਦੇਖਦੇ ਹਾਂ ਉਹਨਾਂ ਦੇ ਥਾਂ ਦੇਖਦੇ ਹਾਂ ਜਿੱਥੇ ਚਰਨ ਪਏ ਹਨ ਪਵਿੱਤਰ ਹੋ ਜਾਂਦਾ ਹੈ ਪਵਿੱਤਰਤਾ ਦੀ ਭਾਵਨਾ ਸਾਡੇ ਅੰਦਰ ਜੁੜਦੀ ਹੈ ਸੋ ਸਾਰੀ ਧਰਤੀ ਪਵਿੱਤਰ ਹੋ ਜਾਂਦੀ ਇੱਕ ਤਾਂ ਸਰੀਰ ਦੀ ਤਾਂ ਗੱਲੇ ਕੋਈ ਨਹੀਂ ਸੋ ਸਤਿਗੁਰੂ ਜੀ ਦਇਆ ਕਰਦੇ ਰਸਨਾ ਗੁਣ ਗੋਪਾਲ ਮ੍ਰਿਤ ਗਾਇਨ ਹੇ ਰਸਨਾ ਧਰਤੀ ਨੂੰ ਪਾਲਣ ਵਾਲਾ ਜੋ ਵਾਹਿਗੁਰੂ ਹੈ ਜੋ ਸੁੱਖਾਂ ਦਾ ਸੁੰਦਰ ਖਜ਼ਾਨਾ ਹੈ ਉਹਦੇ ਗੁਣਾਂ ਨੂੰ ਗਾਉਣ ਉਹਨਾਂ ਨੂੰ ਉਹਦੇ ਗੁਣਾਂ ਨੂੰ ਗਾ ਗਾਉਣ ਤੋਂ ਭਾਵ ਹੈ ਜਪ ਜਪਣ ਤੋਂ ਭਾਵ ਹੈ ਸਰੀਰ ਹੈ ਜਿਹੜਾ ਸਰੀਰ ਦੇ ਅੰਦਰ ਮਸਤਕ ਲਾਇਆ ਮਹਾਰਾਜ ਨੇ ਮੱਥਾ ਟੇਕ ਇਹ ਦੂਜੇ ਸਿਰ ਦਾ ਜਪਣਾ ਹੈ ਹੱਥਾਂ ਨੂੰ ਸੇਵਾ ਦਾ ਹੁਕਮ ਕੀਤਾ ਹੈ ਸਰੀਰ ਨਾਲ ਲੱਗੇ ਹਨ ਸਰੀਰ ਨੇ ਹੱਥਾਂ ਨੇ ਸੇਵਾ ਕਰਨੀ ਹੈ ਇਹ ਹੱਥਾਂ ਦਾ ਜਪਣਾ ਹੈ ਪੈਰਾਂ ਨੇ ਚੱਲ ਕੇ ਪਾਪ ਕਰਨ ਨਹੀਂ ਜਾਣਾ ਪੈਰਾਂ ਨੇ ਸੰਗਤ ਵਿੱਚ ਚੱਲ ਕੇ ਆਉਣਾ ਹੈ ਇਹ ਪੈਰਾਂ ਦਾ ਜਪਣਾ ਹੈ ਅੱਖਾਂ ਨੇ ਬਾਣੀ ਪੜ੍ਹਨੀ ਹੈ ਗੁਰਮੁਖਾਂ ਦੇ ਦਰਸ਼ਨ ਕਰਨੇ ਸਾਧ ਸੰਗਤ ਦੇ ਇਹ ਅੱਖਾਂ ਦਾ ਜਪਣਾ ਹੈ ਕੰਨਾਂ ਨੇ ਜਿਹੜੇ ਨੇ ਕੰਨ ਸਾਡੇ ਕੰਨਾਂ ਨੇ ਬਾਣੀ ਸੁਣਨੀ ਹੈ ਸੱਚ ਸੁਣਨਾ ਕੀਰਤਨ ਸੁਣਨਾ ਕੰਨਾਂ ਦਾ ਜਾਪ ਹੈ ਰਸਨਾ ਨੇ ਜਪਣਾ ਹੈ ਇਹ ਰਸਨਾ ਹੁਕਮ ਕੀਤਾ ਹੈ ਸੋ ਇਸ ਕਰਕੇ ਸਾਰੇ ਹੀ ਸਰੀਰ ਨੇ ਗੁਣ ਗਾਉਣੇ ਵੱਖਰੇ ਵੱਖਰੇ ਢੰਗ ਹਨ ਜੇ ਗਾਉਂਦਾ ਹੈ ਜੇ ਇਹ ਸਰੀਰ ਗੁਰੂ ਦਾ ਹੁਕਮ ਮੰਨ ਕੇ ਇਹ ਕੰਮ ਕਰਦਾ ਤਾਂ ਸਤਿਗੁਰੂ ਜੀ ਕਹਿੰਦੇ ਨੇ ਕੀ ਫਲ ਪ੍ਰਾਪਤ ਹੁੰਦਾ ਹੈ ਹਜ਼ੂਰ ਕਹਿੰਦੇ ਨੇ ਤਿੰਨ ਵੱਡੇ ਫਲ ਪ੍ਰਾਪਤ ਹੁੰਦੇ ਹਨ ਤੇ ਚੌਥਾ ਦੁੱਖ ਹਰ ਪਾਪ ਨੇ ਜਿਹੜੇ ਉਹ ਪਲਾਇਣ ਹਿਜਰਤ ਕਰ ਜਾਂਦੇ ਨੇ ਪਰੇ ਹੋ ਜਾਂਦੇ ਨੇ ਕੀ ਪ੍ਰਾਪਤ ਹੁੰਦਾ ਸ਼ਾਂਤ ਜਿਹੜੀ ਸ਼ਾਂਤੀ ਖਾਤਰ ਸੰਸਾਰ ਭਟਕਦਾ ਫਿਰਦਾ ਮਾਇਆ ਕਮਾਉਂਦੇ ਹਨ ਪੁੱਤਰ ਧੀਆਂ ਨੂੰ ਜਨਮ ਦਿੰਦੇ ਹਨ ਤੇ ਸੰਸਾਰ ਦੇ ਵਿੱਚ ਘਰ ਬਾਰ ਬਣਾ ਕੇ ਬੰਦਾ ਰਹਿੰਦਾ ਹੈ ਉਹ ਸ਼ਾਂਤੀ ਫਿਰ ਵੀ ਪ੍ਰਾਪਤ ਨਹੀਂ ਕਿਸੇ ਨੂੰ ਵੀ ਪ੍ਰਾਪਤ ਹੁੰਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਗੁਣ ਗਾਉਣ ਨਾਲ ਤੈਨੂੰ ਸ਼ਾਂਤੀ ਲੱਭ ਜਾਵੇ ਸਹਿਜ ਸ਼ਾਂਤ ਸਹਿਜ ਦੂਜਾ ਹੈ ਸਹਿਜ ਸਹਿਜ ਦਾ ਭਾਵ ਹੈ ਟਕਾ ਹਰ ਚੀਜ਼ ਦਾ ਜੁਗਤ ਅਨੁਸਾਰ ਵਰਤੋਂ ਵਿਹਾਰ ਕਰਨਾ ਆ ਜਾਣਾ ਜਿਹਨੂੰ ਆਪਾਂ ਅੰਗਰੇਜ਼ੀ ਕਹਿੰਦੇ ਨੇ ਬੈਲੈਂਸ ਲਾਈਫ ਹੋਵੇ ਜਿਹੜੀ ਸਾਵੀ ਪੱਧਰੀ ਜ਼ਿੰਦਗੀ ਹੈ ਜਿਹੜੀ ਨਾ ਸੁੱਖਾਂ ਦੇ ਵਿੱਚ ਬੰਦੇ ਨੇ ਕਮਲਾ ਹੋਣਾ ਪਾਗਲ ਹੋਣਾ ਨਾ ਦੁੱਖਾਂ ਦੇ ਵਿੱਚ ਰੋਣਾ ਧੋਣਾ ਇਹ
ਸਹਿਜ ਦੀ ਵਸਤਾ ਮਰਨ ਦੀ ਚਿੰਤਾ ਨਹੀਂ ਜੀਵਨ ਕੀ ਨਹੀਂ ਇਹ ਸਭ ਕੁਝ ਹੀ ਮਰਨ ਦਾ ਡਰਨਾ ਹੋਣਾ ਜਿਉਂ ਦਾ ਲਾਲ ਇਹ ਸਹਿਜ ਸੋ ਸਹਿਜ ਪ੍ਰਾਪਤ ਹੁੰਦਾ ਹੈ ਰਸ ਰਸ ਤੋਂ ਭਾਵ ਹੈ ਕਿ ਆਤਮਾ ਤੇ ਪਰਮਾਤਮਾ ਜਿਹੜੀ ਹੈ ਮਨੁੱਖ ਦੀ ਰੂਹ ਹੈ ਜਿਹੜੀ ਉਹ ਸਰੀਰ ਦੇ ਅੰਦਰ ਵਸਦੀ ਹੈ ਵਾਹਿਗੁਰੂ ਗੁਪਤ ਹੈ ਸੋ ਵਾਹਿਗੁਰੂ ਜਿਹਦੇ ਨਾਲ ਸਾਨੂੰ ਆਪਣੀ ਆਤਮਾ ਦਿੱਤੀ ਹੈ ਜਿਹੜਾ ਗੁਰਦਾ ਆਵੇਗਾ ਸੇਵਾ ਕਰਨ ਕਰਕੇ ਜਦੋਂ ਸਰੀਰ ਦੇ ਸਾਰਿਆਂ ਨੇ ਸੇਵਾ ਕਰਕੇ ਰਸਨਾ ਜਪੇਗੀ ਤਾਂ ਇਹਦੇ ਨਾਲ ਇਹ ਭੇਦ ਹੈ ਜਿਹੜਾ ਰਸ ਹੈ ਆਤਮਾ ਕਿੱਥੇ ਰਹਿੰਦੀ ਵਾਹਿਗੁਰੂ ਕਿੱਥੇ ਵਸਦਾ ਦੁੱਧ ਦੇ ਵਿੱਚੋਂ ਘਿਓ ਦੀਦਾ ਨਹੀਂ ਹੈ ਪਰ ਜਦ ਰਿੜਕਲੀਏ ਫਿਰ ਦੁੱਧ ਪ੍ਰਗਟ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਜਦੋਂ ਦਰਸਨਾ ਜਪਦੀ ਹੈ ਸਾਰਾ ਸਰੀਰ ਹੀ ਯਾਦ ਕਰਨ ਲੱਗ ਜਾਂਦਾ ਹੈ ਤਾਂ ਜਿਹੜੀ ਆਤਮਾ ਸਾਰੇ ਸਰੀਰ ਵਿੱਚ ਰਲੀ ਹੋਈ ਉਹ ਪ੍ਰਗਟ ਹੋ ਜਾਂਦੀ ਹੈ ਰਸ ਭੇਦ ਪਤਾ ਲੱਗ ਜਾਂਦਾ ਰਸ ਮਨ ਉਹ ਸਗਲੇ ਤੋਂ ਉਪਲਾ ਹੈ ਜਿੱਥੇ ਇਹ ਰਸ ਪ੍ਰਗਟ ਹੋ ਜਾਵੇ ਵਾਹਿਗੁਰੂ ਪ੍ਰਗਟ ਹੋ ਜਾਵੇ ਉੱਥੇ ਤੁਸੀਂ ਆਪ ਦੱਸੋਗੇ ਉੱਥੇ ਦੁੱਖ ਕਿਵੇਂ ਰਹਿਣਗੇ ਦੁੱਖ ਨੇ ਉੱਥੋਂ ਪਲਾਇਣ ਕਰ ਜਾਂਦੇ ਨੇ ਦੁੱਖ ਕਿਹਦੇ ਕੋਲ ਜਾਂਦੇ ਨੇ ਜਿਹੜਾ ਨਾਮ ਨਹੀਂ ਜਪਦਾ ਉਹਦੇ ਕੋਲ ਆ ਜਾਂਦਾ ਦੁੱਖ ਤਾਂ ਰਹਿੰਦੇ ਨੇ ਸੰਸਾਰ ਦੁੱਖ ਆਪਣੀਆਂ ਸ਼ਕਲਾਂ ਬਦਲ ਲੈਂਦੇ ਨੇ ਰਹਿੰਦੇ ਉਹੀ ਨੇ ਜੇ ਗਰੀਬ ਹੈ ਉਹਦਾ ਦੁੱਖ ਹੋਰ ਹੈ ਜਦੋਂ ਅਮੀਰ ਹੋ ਜਾਂਦਾ ਉਹਦਾ ਦੁੱਖ ਹੋਰ ਹੋ ਜਾਂਦਾ ਯੋਗੀ ਬਣ ਜਾਂਦਾ ਉਹਦਾ ਦੁੱਖ ਹੋਰ ਹੋ ਜਾਂਦਾ ਪਰ ਜਦੋਂ ਰੱਬ ਨਾਲ ਮਿਲ ਜਾਵੇ ਫਿਰ ਸਾਰੇ ਦੁੱਖ ਮੁੱਕ ਜਾਂਦੇ ਨੇ ਕਿਉਂ ਕਿਉਂਕਿ ਜਿਹੜਾ ਰੱਬ ਨਾਲ ਮਿਲ ਜਾਵੇ ਉਹ ਸਰੀਰ ਦੇ ਵਿੱਚ ਰਹਿੰਦਾ ਹੀ ਨਹੀਂ ਉਹ ਵਾਹਿਗੁਰੂ ਦੇ ਵਿੱਚ ਹੀ ਭੇਦ ਰਹਿੰਦਾ ਸਰੀਰ ਹੋਵੇਗਾ ਸਰੀਰ ਨੂੰ ਦੁੱਖ ਹੋਣਾ ਹੀ ਨਹੀਂ ਸਰੀਰ ਨੂੰ ਦੁੱਖ ਹੋਣਗੇ ਮਨ ਨੂੰ ਕੀ ਹੋਣਗੇ ਪ੍ਰਾਣਾ ਨੂੰ ਕੀ ਹੋਣਗੇ ਪਰ ਜਦੋਂ ਵਾਹਿਗੁਰੂ ਵਿੱਚ ਮਿਲਾਪ ਹੋ ਜਾਵੇ ਫਿਰ ਸਰੀਰ ਆਪਣਾ ਸਮਝਦੇ ਨਹੀਂ ਸਰੀਰ ਤਾਂ ਉਧਾਰੀ ਚੀਜ਼ ਸਮਝ ਕੇ ਇਹ ਤੋਂ ਕੰਮ ਲੈਂਦਾ ਵਾਹਿਗੁਰੂ ਦੀ ਪ੍ਰਾਪਤੀ ਦੇ ਖਾਤਰ ਇਸ ਕਰਕੇ ਜੇ ਸਰੀਰ ਦੇ ਵਿੱਚ ਰਹਾਂਗੇ ਸਰੀਰ ਨਾਲ ਦੁੱਖ ਹੋਵੇਗਾ ਦੁੱਖ ਰਹਿਣਗੇ ਜਦੋਂ ਸਰੀਰ ਤੋਂ ਉੱਤੇ ਉੱਠ ਕੇ ਉੱਤੇ ਉੱਠਣ ਦਾ ਕੰਮ ਕਿਵੇਂ ਹੁੰਦਾ ਹੈ ਗੁਰੂ ਬਾਣੀ ਨਾਲ ਜੁੜ ਜਾਣਾ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਣਾ ਲੈਣਾ ਸੋ ਉੱਥੇ ਦੁੱਖ ਪਲਾਇਣ ਕਰ ਜਾਂਦੇ ਆ ਉੱਥੇ ਦੁੱਖ ਲੱਗ ਜਾਂਦੇ ਜੋ ਮੰਗਿਆ ਸੋਈ ਸੋਈ ਪਾਵੇ ਸੇ ਹਰ ਕੇ ਚਰਨ ਵਸਾਇਆ ਸੋ ਜਿਵੇਂ ਆਪਾਂ ਕਥਾ ਕਹਾਣੀਆਂ ਪੜ੍ਹਦੇ ਹਾਂ ਨਾ ਕਿ ਕੋਈ ਭੇਡਾਂ ਚਾਰਨ ਵਾਲਾ ਸੀ ਭੇਡਾਂ ਚਾਰਨ ਵਾਲੇ ਦੀ ਜਿਹੜੀ ਭੇਡਾਂ ਨੇ ਉਹਦੇ ਭੇਡ ਦੇ ਪੈਰ ਨੂੰ ਕਿਤੇ ਲੋਹਾ ਲੱਗਿਆ ਹੋਇਆ ਸੀ ਉਹ ਲੋਹਾ ਜਾ ਕੇ ਕਿਸੇ ਜਿਹੜਾ ਪਾਸ ਹੁੰਦਾ ਪਾਸ ਪੱਥਰ ਨੂੰ ਲੱਗ ਗਿਆ ਉਹਦਾ ਜਿਹੜਾ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਪਾਰਸ ਹੈ ਗੁਰੂ ਕੇ ਚਰਨ ਹਨ ਗੁਰੂ ਕੇ ਚਰਨ ਪਾਰਸ ਹੈ ਜਿਹੜਾ ਇਸ ਪਾਰਸ ਨੂੰ ਉਹਦੇ ਨਾਲ ਜੁੜ ਜਾਂਦਾ ਹੈ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਉਹਦਾ ਸਾਰਾ ਸਰੀਰ ਹੀ ਕੰਚਨ ਬਣ ਜਾਂਦਾ ਸਦਾ ਰਹੇ ਕੰਚਨ ਸਿੰਘ ਕਾਇਆ ਰੂਪ ਨਾ ਕਮੂਨ ਦਿਆ ਪੈ ਕਲਗੀਧਰ ਮਹਾਰਾਜ ਕਹਿੰਦੇ ਜੋ ਮੰਗੇ ਸੋਈ ਸੋਈ ਪਾਵੇ ਜੋ ਕੁਝ ਮੰਗੇਗਾ ਉਹ ਉਸੇ ਦੀ ਪ੍ਰਾਪਤੀ ਹੋਵੇਗੀ ਸੇਵ ਹਰ ਕੇ ਚਰਨ ਰਸਾਏ ਵਾਹਿਗੁਰੂ ਦੇ ਚਰਨ ਰਸਾਏ ਹਨ ਵਾਹਿਗੁਰੂ ਦੇ ਚਰਨ ਪਾਰਸ ਹਨ ਜੋ ਸੇਵਾ ਕਰਦਾ ਚਰਨਾਂ ਦੀ ਸਤਿਗੁਰੂ ਦੇ ਚਰਨਾਂ ਦੀ ਉਹਨੂੰ ਸੋ ਜੋ ਜੋ ਮੰਗਦਾ ਉਹੀ ਕੁਛ ਪ੍ਰਾਪਤ ਸੋ ਚਰਨ ਕੀ ਨੇ ਸਤਿਗੁਰੂ ਦਾ ਸ਼ਬਦ ਸਤਿਗੁਰੂ ਦਾ ਬਖਸ਼ਿਆ ਬ੍ਰਹਮ ਗਿਆਨ ਇਸ ਬ੍ਰਹਮ ਗਿਆਨ ਨੂੰ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਢਾਲ ਲੈਣਾ ਆਪਣੇ ਆਪਣੇ ਜੀਵਨ ਨੂੰ ਸਤਿਗੁਰਾਂ ਦੇ ਬਚਨਾਂ ਅਨੁਸਾਰ ਇਸ ਗਿਆਨ ਦੀ ਵਰਤੋਂ ਕਰਨੀ ਇਸ ਗਿਆਨ ਨੂੰ ਆਪਣੇ ਧਿਆਨ ਵਿੱਚ ਰੱਖਣਾ ਸਤਿਗੁਰੂ ਦਾ ਇਤਿਹਾਸ ਸਤਿਗੁਰੂ ਦੇ ਪਰਉਪਕਾਰ ਸਦਾ ਹਿਰਦੇ ਅੰਦਰ ਧਿਆਨ ਵਿੱਚ ਰੱਖਣੇ ਰਸਨਾ ਨਾਲ ਸਤਿਗੁਰੂ ਦੇ ਗੁਣ ਗਾਇਨ ਕਰਨੇ ਸੋ ਇਹ ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਨੇ ਇਸ ਚਰਨਾਂ ਨਾਲ ਜੁੜਿਆ ਜੋ ਮੰਗੇਗਾ ਉਹੀ ਕੁਛ ਪ੍ਰਾਪਤ ਜਨਮ ਨੂੰ ਤਾਂ ਹੁੰਦਾ ਹੀ ਹੁੰਦਾ
ਸਰ ਇਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਵੇਗੀ। ਜਨਮ ਅਨਪੜ੍ਹ ਜਿਹੜਾ ਵੱਡਾ ਦੁੱਖ ਹੈ, ਸਭ ਤੋਂ ਵੱਡਾ ਦੁੱਖ, ਜੇ ਪਹਿਲਾਂ ਜਨਮ ਲੈ ਲੈਣਾ ਤੇ ਮੌਤ ਆਉਣੀ, ਦੋਹੋਂ ਤੇ ਛੁੱਟਣਾ, ਜਨਮ ਤੇ ਵੀ ਛੁੱਟ ਜਾਂਦਾ ਹੈ, ਮਰਨ ਤੇ ਵੀ ਛੁੱਟਦਾ। ਸੋ ਪਹਿਲਾਂ ਜਨਮ ਔਰ ਮਰਨਾ, ਜਿਹੜਾ ਜਨਮ ਹੀ ਨਹੀਂ ਹੋਵੇਗਾ, ਖਿਆਲਾਂ ਦਾ ਵੀ ਜਨਮ ਹੋਵੇਗਾ, ਮੌਤ ਕਿੱਥੋਂ ਆ ਜਾਵੇਗੀ। ਸੋ ਸ਼ੁਭ ਖਿਆਲ, ਜਿਹੜੇ ਸ਼ੁਭ ਖਿਆਲ ਪ੍ਰਗਟ ਹੋਣ ਕਰਕੇ ਵਾਹਿਗੁਰੂ ਦੇ ਵਿੱਚ ਮਿਲਾਪ ਰਹਿੰਦਾ, ਸਦਾ ਵਾਹਿਗੁਰੂ ਨਾਲ ਜੁੜੇ ਰਹਿਣ ਕਰਕੇ ਜਨਮ ਔਰ ਮਰਨ ਮੁੱਕ ਜਾਂਦਾ ਹੈ, ਭਾਵਜਨ ਜਗਤ ਤਰ੍ਹਾਂ ਹੈ। ਇਹ ਜਿਹੜਾ ਭੈ ਹੈ ਸੰਸਾਰ ਦੇ ਵਿੱਚ, ਭਾਵਜਨ ਭੈ ਦਾ ਜਲ ਸੰਸਾਰ ਨੂੰ ਸਰੀਰ ਨੂੰ ਦਾਸ ਬੋਧਨ ਜਿਹੜਾ ਉਹ ਉਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਵਸਿਆ ਹੋਇਆ। ਵਾਹਿਗੁਰੂ ਗੁਰੂ ਦਾ ਵਾਹਿਗੁਰੂ ਦਾ ਸਰੂਪ ਹੈ, ਵਾਹਿਗੁਰੂ ਹਿਰਦੇ ਦੇ ਅੰਦਰ ਵਸਿਆ। ਗੁਰੂ ਦੇ ਪ੍ਰਾਣ ਰਹਿਣਾ, ਗੁਰੂ ਦੀ ਸ਼ਰਨਾਗਤ ਰਹਿਣਾ, ਦਾਸ ਬਣ ਕੇ ਰਹਿਣਾ, ਇਹਦੇ ਨਾਲ ਕੀ ਪ੍ਰਾਪਤ ਹੋਵੇਗਾ? ਵਿਨਾਸੀ ਕਿਹਾ ਹੈ ਜੇ ਨਾਨਕ ਸਦਾ ਸਿਰ ਨਾਰਾ ਹੈ। ਸੋ ਇਹ ਪ੍ਰਾਇਣਤਾ ਜਿਹੜੀ, ਇਹ ਸ਼ਰਨਾਗਤੀ ਹੈ ਜਿਹੜੀ, ਇਹ ਸਿਮਰਨ ਦੇ ਵਿੱਚ ਲੈ ਕੇ ਜਾਵੇਗੀ ਤੇ ਗੁਰੂ ਦੀ ਸ਼ਰਨ ਦੇ ਵਿੱਚ ਲੈ ਕੇ ਜਾਣ ਦੇ ਨਾਲ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ, ਖੇਮ ਤੇ ਯੋਗ। ਦੋ ਚੀਜ਼ਾਂ ਹੁੰਦੀਆਂ, ਖੇਮ ਹੁੰਦੀ ਹੈ ਜਿਹੜੀ ਚੀਜ਼ ਪ੍ਰਾਪਤ ਹੈ ਉਹਦੀ ਵਰਤੋਂ ਚੰਗੀ ਤਰ੍ਹਾਂ ਕਰ ਲੈਣੀ। ਉਹ ਸਰੀਰ ਹੈ ਜਿਹੜਾ, ਸਰੀਰ ਸਾਨੂੰ ਪ੍ਰਾਪਤ ਹੋਇਆ, ਸਰੀਰ ਨੂੰ ਸਾਂਭ ਕੇ ਰੱਖਣਾ, ਪਾਪਾਂ ਤੋਂ ਵਿਕਾਰਾਂ ਤੋਂ ਬਚਾ ਕੇ ਰੱਖਣਾ, ਝਗੜਿਆਂ ਤੋਂ ਬਚਾ ਕੇ ਰੱਖਣਾ, ਹੰਕਾਰ ਤੋਂ ਬਚਾ ਕੇ ਰੱਖਣਾ, ਕਾਮ ਤੋਂ ਲੋਭ ਤੋਂ ਬਚਾ ਕੇ ਰੱਖਣਾ, ਇਹ ਖੇਮ ਹੈ। ਸੋ ਜਿਹੜੇ ਇਸ ਤਰੀਕੇ ਦੇ ਨਾਲ ਖੇਮ ਯੁਕਤੀ ਨੂੰ ਵਰਤਣਗੇ, ਉਹਨਾਂ ਨੂੰ ਯੋਗ, ਯੋਗ ਤੋਂ ਭਾਵ ਹੈ ਪ੍ਰਾਪਤੀ, ਵਾਹਿਗੁਰੂ ਦੇ ਨਾਲ ਉਹਨਾਂ ਦਾ ਯੋਗ ਹੋ ਜਾਵੇਗਾ, ਵਾਹਿਗੁਰੂ ਨਾਲ ਉਹਨਾਂ ਦਾ ਮਿਲਾਪ। ਸੋ ਜਿਹੜੇ ਇਸ ਸਰੀਰ ਨੂੰ ਖੇਮ ਵਾਲੀ ਯੁਕਤੀ ਨਹੀਂ ਵਰਤਦੇ, ਇਸ ਸਰੀਰ ਨੂੰ ਗੁਲਾਮ ਬਣਾ ਲੈਂਦੇ ਨੇ, ਜੀਵ ਦੇ ਪੇਟ ਦੇ ਗੁਲਾਮ ਬਣਾ ਲੈਂਦੇ ਨੇ, ਆਪਣੀਆਂ ਭਾਵਨਾਵਾਂ ਦੇ ਗੁਲਾਮ ਬਣਾ ਲੈਂਦੇ ਨੇ, ਵਿਕਾਰਾਂ ਵਿੱਚ ਪੈ ਜਾਂਦੇ, ਨਸ਼ਿਆਂ ਵਿੱਚ ਪੈ ਜਾਂਦੇ ਨੇ, ਉਹਨਾਂ ਦੇ ਕੰਮਾਂ ਵਿੱਚ ਯੋਗ, ਉਹਨਾਂ ਦੇ ਕੰਮਾਂ ਵਿੱਚ ਮਿਲਾਪ ਦਿੰਦੇ। ਖੇਮਾ ਸਤਿਗੁਰੂ ਜੀ ਦਇਆ ਕਰਦੇ, ਅਵਲਾਸੀ ਖੇਮ ਚਾਹਿਆ ਜੇ ਨਾਨਕ, ਜੇ ਅਵਲਾਸੀ ਖੇਮ ਚਾਹੁੰਦਾ ਹੈ, ਸਭ ਸੰਭਾਲ ਚਾਹੁੰਦਾ, ਸਾਨਾ ਪੂਰਾ ਜੀਵਨ ਚਾਹੁੰਦਾ ਹੈ, ਤਾਂ ਇਹਦਾ ਜੀਵਨ ਤੈਨੂੰ ਤਾਂ ਪ੍ਰਾਪਤ ਹੋਵੇਗਾ ਜੇ ਸਦਾ ਨਾਰਾਇਣ ਦਾ ਸਿਮਰਨ ਕਰੇਗਾ, ਵਾਹਿਗੁਰੂ ਦਾ ਸਿਮਰਨ ਕਰੇਗਾ, ਵਾਹਿਗੁਰੂ ਯਾਦ ਰੱਖੇਗਾ, ਵਾਹਿਗੁਰੂ ਦੀ ਸਦਾ ਯਾਦ ਰੱਖੇਗਾ। ਆਪਣੇ ਗੁਰੂ ਸਾਹਿਬਾਨ ਨੇ ਜੋ ਦਾਨ ਦਿੱਤਾ ਹੈ, ਸਾਨੂੰ ਰਹਿ ਕੇ ਦਿਖਾਇਆ ਹੈ, ਗ੍ਰਿਸਤ ਦੇ ਵਿੱਚ ਰਹਿ ਕੇ ਦਿਖਾਇਆ, ਸਾਰੇ ਕੰਮ ਕਰਕੇ ਦਿਖਾਇਆ, ਭਗਤੀ ਕਰਕੇ ਦਿਖਾਈ ਹੈ, ਸਿਮਰਨ ਕਰਕੇ ਦਿਖਾਇਆ ਹੈ, ਤਾਂ ਉਸ ਤਰੀਕੇ ਦੇ ਨਾਲ ਜਿਉਣਾ ਹੈ, ਉਸ ਸਤਿਗੁਰੂ ਦੀ ਕਮਾਈ ਨੂੰ ਯਾਦ ਰੱਖਣਾ ਹੈ, ਮਨ ਦੇ ਵਿੱਚ ਜੋ ਉਪਦੇਸ਼ ਬਾਣੀ ਰਾਹੀਂ ਦਾਨ ਕੀਤਾ ਹੈ, ਉਸ ਉਪਦੇਸ਼ ਨੂੰ ਮਨ ਵਿੱਚ ਜੋੜਨਾ ਹੈ, ਸਰੀਰ ਰਾਹੀਂ ਸਤਿਗੁਰੂ ਦੀ ਕਰਨੀ ਨੂੰ ਯਾਦ ਰੱਖਣਾ ਹੈ। ਇਸ ਤਰੀਕੇ ਨਾਲ ਯੋਗ ਵੀ ਅਤੇ ਖੇਮ ਵੀ ਦੋਵੇਂ ਪ੍ਰਾਪਤ ਹੋਣਗੇ। ਕੋਈ ਸੋਈ ਪਾਵਨਾ ਸੇ ਸਭਨਾ
ਕਰਦਾ ਤੁਹਾਡਾ ਤੱਕ ਪਤਾ ਕਰ ਰਹੀ ਹੈ ਜੀ ਆਓ ਮਾਤਾ ਜੀ ਆਸਾ ਦੀ ਪੂਜਾ ਕਰਦਾ ਵਾਹਿਗੁਰੂ ਜੀ।